ਵੱਡੀ ਖਬਰ, ਜੀ ਹਾਂ, ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਕਿ ਇਸ ਤਰੀਕੇ ਦੇ ਨਾਲ ਆਟੋ ਤੋਂ ਉਤਰਦਿਆਂ ਹੀ ਇੱਕ ਮਹਿਲਾ ਦੇ ਉੱਤੇ ਤੇਜ਼ ਧਾਰ ਹਥਿਆਰ ਦੇ ਨਾਲ ਵਾਰ ਕੀਤਾ ਗਿਆ ਹੈ। ਜੀ ਹਾਂ, ਬੇਹੱਦ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਦੇਖ ਸਕਦੇ ਹੋ, ਕੁੜੀ ਦੇ ਉੱਤੇ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਹੈ। ਆਟੋ ਤੋਂ ਉਤਰਦਿਆਂ ਹੀ ਤਲਵਾਰ ਦੇ ਨਾਲ ਹਮਲਾ ਕੀਤਾ ਜਾਂਦਾ ਹੈ। ਬੇਹੱਦ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ। ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲ ਰਿਹਾ। ਦਿਨ ਦਿਹਾੜੇ ਕਿਸ ਤਰੀਕੇ ਦੇ ਨਾਲ ਤੇਜ਼ ਧਾਰ ਹਥਿਆਰ ਦੇ ਨਾਲ ਇੱਕ ਲੜਕੀ ਦੇ ਉੱਤੇ, ਕੁੜੀ ਦੇ ਉੱਤੇ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ। ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ, ਬੇਹੱਦ ਹੈਰਾਨ ਕਰਨ ਵਾਲੀਆਂ ਤਸਵੀਰਾਂ ਜੋ ਸਾਹਮਣੇ ਆਈਆਂ ਨੇ। ਰੂਹ ਕੰਬ ਜਾਵੇਗੀ ਕਿ ਕਿਸ ਤਰੀਕੇ ਦੇ ਨਾਲ ਬਿਨਾਂ ਕਾਨੂੰਨ ਅਤੇ ਪੁਲਿਸ ਦੇ ਡਰ ਦੇ ਇਹ ਬੇਹੱਦ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਕੁੜੀ ਦੇ ਉੱਤੇ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਹੈ। ਤਸਵੀਰਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ, ਸਕਰੀਨ ਦੇ ਉੱਤੇ ਬੇਹੱਦ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ। ਦੱਸ ਦਈਏ ਕਿ ਸਵੇਰੇ 8 ਵਜੇ ਦੇ ਕਰੀਬ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਜਿਹੜਾ ਹੈ ਕੁੜੀ 'ਤੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੰਦਾ ਹੈ। ਕੁੜੀ ਦਾ ਪਤਾ ਨਹੀਂ ਲੱਗਦਾ ਕਿ ਕਿੱਥੋਂ ਰਹਿਣ ਵਾਲੀ ਸੀ, ਪਰ ਹਮਲਾ ਕਰਨ ਵਾਲਾ ਕੌਣ ਸੀ, ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਸਵੇਰੇ 8 ਵਜੇ ਦੇ ਕਰੀਬ ਬੱਸ ਦੇ ਵਿੱਚੋਂ 2-3 ਕੁੜੀਆਂ ਉਤਰ ਕੇ ਇੰਡਸਟਰੀ ਪ੍ਰਾਈਵੇਟ ਜੌਬ 'ਤੇ ਜਾ ਰਹੀਆਂ ਸੀ ਕਿ ਇੱਕ ਦਰਖਤ 'ਤੇ ਹੇਠਾਂ ਘਾਤ ਲਗਾ ਕੇ ਬੈਠਾ ਮੁੰਡਾ ਇੱਕਦਮ ਬੈਗ ਵਿੱਚੋਂ ਤਲਵਾਰ ਕੱਢ ਕੇ ਕਿਸ ਤਰੀਕੇ ਦੇ ਨਾਲ ਇਸ ਸੀਸੀਟੀਵੀ ਦੇ ਵਿੱਚ, ਇਹਨਾਂ ਤਸਵੀਰਾਂ ਦੇ ਵਿੱਚ ਦਿਖ ਰਹੀ ਮਹਿਲਾ ਦੇ ਉੱਤੇ, ਕੁੜੀ ਦੇ ਉੱਤੇ ਹਮਲਾ ਕਰ ਦਿੰਦਾ ਹੈ ਅਤੇ ਉਸ ਨੂੰ ਕਿਸ ਤਰੀਕੇ ਦੇ ਨਾਲ ਬੇਹੱਦ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ। ਦਰਖਤ ਹੇਠਾਂ ਘਾਤ ਲਗਾ ਕੇ ਬੈਠਾ ਸੀ ਇਹ ਨੌਜਵਾਨ ਅਤੇ ਇੱਕਦਮ ਬੈਗ ਵਿੱਚੋਂ ਤਲਵਾਰ ਕੱਢ ਕੇ ਆਉਂਦਾ ਹੈ ਅਤੇ ਇਸ ਕੁੜੀ ਦੇ ਉੱਤੇ ਹਮਲਾ ਕਰ ਦਿੰਦਾ ਹੈ। ਤਸਵੀਰਾਂ ਦੇਖ ਸਕਦੇ ਹੋ, ਬਾਕੀ ਦੀਆਂ ਕੁੜੀਆਂ ਘਬਰਾ ਕੇ ਉੱਥੋਂ ਭੱਜ ਜਾਂਦੀਆਂ ਨੇ। ਉਹ ਨੌਜਵਾਨ ਕੁੜੀ ਦੇ ਉੱਪਰ 7-8 ਵਾਰ ਤਲਵਾਰ ਦੇ ਨਾਲ, ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕਰਦਾ ਹੈ ਅਤੇ ਫਿਰ ਪੈਦਲ ਹੀ ਮੌਕੇ ਤੋਂ ਭੱਜ ਜਾਂਦਾ ਹੈ। ਤਸਵੀਰਾਂ ਦੇਖ ਸਕਦੇ ਹੋ, ਬੇਹੱਦ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਰਾਹਗੀਰਾਂ ਵੱਲੋਂ ਵੀ ਕਿਸ ਤਰੀਕੇ ਦੇ ਨਾਲ ਹਸਪਤਾਲ ਦੇ ਵਿੱਚ ਉਸ ਜ਼ਖਮੀ ਕੁੜੀ ਨੂੰ ਦਾਖਲ ਕਰਾਇਆ ਜਾਂਦਾ ਹੈ, ਸੀਰੀਅਸ ਦੱਸੀ ਜਾ ਰਹੀ ਹੈ। ਤਸਵੀਰਾਂ ਦੇਖ ਕੇ ਬੇਹੱਦ ਤੁਹਾਡੀ ਰੂਹ ਕੰਬ ਜਾਵੇਗੀ ਕਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦੱਸ ਦਈਏ ਕਿ ਮਹਿਜ਼ ਸਵੇਰੇ ਦੇ 8 ਵਜੇ ਸੀ ਕਰੀਬ ਇੱਕ ਨੌਜਵਾਨ ਜਿਹੜਾ ਸੀ ਉਹ ਕੁੜੀ ਦੇ ਉੱਤੇ ਤਲਵਾਰ ਨਾਲ ਹਮਲਾ ਕਰ ਦਿੰਦਾ ਹੈ। ਕੁੜੀ ਦਾ ਪਤਾ ਨਹੀਂ ਲੱਗਾ ਕਿ ਕਿੱਥੋਂ ਰਹਿਣ ਵਾਲੀ ਸੀ, ਪਰ ਹਮਲਾ ਕਰਨ ਵਾਲਾ ਕੌਣ ਸੀ, ਪੁਲਿਸ ਇਸ ਮਾਮਲੇ ਦੀ ਜਾਂਚ ਜ਼ਰੂਰ ਕਰ ਰਹੀ ਹੈ। ਦੱਸ ਦਈਏ ਕਿ ਸਵੇਰੇ 8 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ, ਜਿੱਥੇ 2-3 ਕੁੜੀਆਂ ਉਤਰ ਕੇ ਇੰਡਸਟਰੀ ਪ੍ਰਾਈਵੇਟ ਜੌਬ 'ਚ ਜਾ ਰਹੀਆਂ ਸੀ ਅਤੇ ਇੱਕ ਦਰਖਤ ਦੇ ਹੇਠਾਂ ਘਾਤ ਲਗਾ ਕੇ ਇਹ ਮੁੰਡਾ ਬੈਠਾ ਹੋਇਆ ਸੀ ਅਤੇ ਇੱਕਦਮ ਬੈਗ ਦੇ ਵਿੱਚੋਂ ਤਲਵਾਰ ਕੱਢ ਕੇ ਆਉਂਦਾ ਹੈ ਅਤੇ ਇਸ ਕੁੜੀ ਦੇ ਉੱਤੇ ਹਮਲਾ ਕਰ ਦਿੰਦਾ ਹੈ। ਹਮਲੇ ਦੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕੁੜੀਆਂ ਘਬਰਾ ਜਾਂਦੀਆਂ ਨੇ ਬਾਕੀ ਅਤੇ ਉੱਥੋਂ ਭੱਜ ਜਾਂਦੀਆਂ ਨੇ ਅਤੇ ਉਹ ਨੌਜਵਾਨ ਕੁੜੀ ਦੇ ਉੱਪਰ 7-8 ਵਾਰ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕਰਦਾ ਹੈ, ਫਿਰ ਪੈਦਲ ਹੀ ਮੌਕੇ ਤੋਂ ਫਰਾਰ ਹੋ ਜਾਂਦਾ। ਦੱਸ ਦਈਏ ਕਿ ਇਹ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਮੋਹਾਲੀ ਦੇ ਫੇਜ਼ 5 ਤੋਂ ਸਾਹਮਣੇ ਆਈਆਂ ਨੇ ਅਤੇ ਇਹ ਜਿਹੜੀ ਕਿਸ ਤਰੀਕੇ ਦੇ ਨਾਲ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀਆਂ ਵਾਰਦਾਤ ਦੀ ਇਹ ਜਿਹੜੀ ਵੀਡੀਓ ਸਾਹਮਣੇ ਆਈ ਹੈ ਬੇਹੱਦ ਹੈਰਾਨ ਕਰ ਦੇਣ ਵਾਲੀ ਹੈ। ਦੱਸ ਦਈਏ ਕਿ ਸਵੇਰੇ 8 ਵਜੇ ਦੇ ਕਰੀਬ ਬੱਸ ਦੇ ਵਿੱਚੋਂ 2-3 ਕੁੜੀਆਂ ਉਤਰਦੀਆਂ ਨੇ ਅਤੇ ਮੋਹਾਲੀ ਦੇ ਵਿੱਚ ਹੀ ਇੰਡਸਟਰੀ ਪ੍ਰਾਈਵੇਟ ਜੌਬ 'ਤੇ ਜਾ ਰਹੀਆਂ ਸੀ ਕਿ ਇੱਕ ਦਰਖਤ ਦੇ ਹੇਠਾਂ ਇਹ ਜਿਹੜਾ ਨੌਜਵਾਨ ਹੈ ਦਰਖਤ ਦੇ ਹੇਠਾਂ ਘਾਤ ਲਗਾ ਕੇ ਬੈਠਾ ਹੋਇਆ ਸੀ ਅਤੇ ਇੱਕੋਦਮ ਜਦੋਂ ਕੁੜੀਆਂ ਆਉਂਦੀਆਂ ਨੇ ਤਾਂ ਬੈਗ ਦੇ ਵਿੱਚੋਂ ਤੇਜ਼ ਧਾਰ ਹਥਿਆਰ ਕੱਢ ਕੇ ਇਸ ਕੁੜੀ ਦੇ ਉੱਤੇ ਹਮਲਾ ਕਰ ਦਿੰਦਾ ਹੈ, ਜਿਸ ਤੋਂ ਬਾਅਦ ਸਨਸਨੀ ਫੈਲ ਜਾਂਦੀ ਹੈ। ਰਾਹਗੀਰ ਵੀ ਘਬਰਾ ਜਾਂਦੇ ਨੇ ਅਤੇ ਕੁੜੀਆਂ ਜਿਹੜੀਆਂ ਨਾਲ ਉਹਦੀਆਂ ਸੀਗੀਆਂ ਉਹ ਭੱਜ ਜਾਂਦੀਆਂ ਨੇ। ਕਿਸ ਤਰੀਕੇ ਦੇ ਨਾਲ ਨੌਜਵਾਨ
ਕੁੜੀ ਦੇ ਉੱਪਰ 7 ਤੋਂ 8 ਵਾਰ ਤਲਵਾਰ ਦੇ ਨਾਲ ਅਤੇ ਸਰ ਹਥਿਆਰ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਅਤੇ ਉੱਥੋਂ ਫਿਰ ਪੈਦਲ ਹੀ ਮੌਕੇ ਤੋਂ ਇਹ ਨੌਜਵਾਨ ਜਿਹੜਾ ਹੈ ਭੱਜ ਜਾਂਦਾ ਹੈ। ਬੇਹੱਦ ਹੈਰਾਨ ਕਰਨ ਵਾਲੀ ਖਬਰ ਹੈ, ਮੋਹਾਲੀ ਦੇ ਫੇਜ਼ 5 ਤੋਂ ਸਾਹਮਣੇ ਆਇਆ ਜਿੱਥੇ ਸਵੇਰੇ 8 ਵਜੇ ਦੇ ਕਰੀਬ ਇਹ ਨੌਜਵਾਨ ਜਿਹੜਾ ਹੈ ਇੱਕ ਕੁੜੀ ਦੇ ਉੱਤੇ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕਰਦਾ ਹੈ ਅਤੇ ਉੱਥੋਂ ਫਿਰ ਫਰਾਰ ਹੋ ਜਾਂਦਾ ਹੈ। 7 ਤੋਂ 8 ਵਾਰ ਜਿਹੜੇ ਉਸ ਵੱਲੋਂ ਕੀਤੇ ਜਾਂਦੇ ਨੇ। ਕਿਸ ਤਰੀਕੇ ਦੇ ਨਾਲ ਬੇਹੱਦ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਬੇਹੱਦ ਵੱਡੀ ਵਾਰਦਾਤ ਹੈ। ਬਿਨਾਂ ਕਿਸੇ ਕਾਨੂੰਨ ਅਤੇ ਪੁਲਿਸ ਦੇ ਖੌਫ ਤੋਂ ਬਗੈਰ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਕਿਉਂਕਿ ਤਸਵੀਰਾਂ ਜੋ ਤੁਸੀਂ ਦੇਖੋਗੇ ਤਾਂ ਰੂਹ ਕੰਬ ਜਾਵੇਗੀ, ਦਿਲ ਦਹਿਲ ਜਾਵੇਗਾ। ਲੋਕ ਹੈਰਾਨ ਅਤੇ ਪਰੇਸ਼ਾਨ ਨੇ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਕਲੇਜੇ 'ਚੋਂ ਜਿਹੜਾ ਕਾਨੂੰਨ ਦਾ, ਪੁਲਿਸ ਦਾ ਡਰ ਜਿਹੜਾ ਖਤਮ ਹੋ ਚੁੱਕਿਆ ਹੈ। ਬੇਹੱਦ ਵੱਡੀ ਵਾਰਦਾਤ ਹੈ, ਮੋਹਾਲੀ ਵਰਗੇ ਸ਼ਹਿਰ 'ਚੋਂ ਸਾਹਮਣੇ ਆਇਆ। ਮੋਹਾਲੀ ਦੇ ਵਿੱਚੋਂ ਜਦੋਂ ਇਹ ਕੁੜੀ ਜਿਹੜੀ ਹੈ ਆਪਣੀ ਬਾਕੀ ਸਾਥੀਆਂ ਦੇ ਨਾਲ ਕੰਮ ਦੇ ਉੱਤੇ ਜਾ ਰਹੀ ਹੁੰਦੀ ਹੈ, ਇੰਡਸਟਰੀ ਪ੍ਰਾਈਵੇਟ ਜੌਬ 'ਤੇ ਦੱਸਿਆ ਜਾਂਦਾ ਕਿ ਉਹ ਜਾ ਰਹੀ ਹੁੰਦੀ ਹੈ, ਅਤੇ ਉਸੇ ਵੇਲੇ ਜਦੋਂ ਉਹ ਆਟੋ ਤੋਂ ਉਤਰਦੀ ਹੈ ਤਾਂ ਉੱਥੇ ਇੰਡਸਟਰੀ ਪ੍ਰਾਈਵੇਟ ਜੌਬ 'ਤੇ ਜਾਣ ਤੋਂ ਪਹਿਲਾਂ ਜਦੋਂ ਦਰਖਤ ਹੇਠਾਂ ਇੱਕ ਲੜਕਾ ਜਿਹੜਾ ਹੈ, ਇੱਕ ਨੌਜਵਾਨ ਜਿਹੜਾ ਹੈ, ਇੱਕ ਮੁੰਡਾ ਜਿਹੜਾ ਹੈ, ਉੱਥੇ ਘਾਤ ਲਗਾ ਕੇ ਬੈਠਾ ਹੁੰਦਾ ਹੈ। ਅਤੇ ਜਦੋਂ ਉਹ ਕੁੜੀ ਆਉਂਦੀ ਹੈ ਆਪਣੀ ਬਾਕੀ ਸਾਥੀਆਂ ਦੇ ਨਾਲ ਤਾਂ ਬੈਗ ਦੇ ਵਿੱਚੋਂ ਤੇਜ਼ ਧਾਰ ਹਥਿਆਰ ਕੱਢ ਕੇ ਉਸ ਉੱਤੇ ਇੱਕ ਤੋਂ ਬਾਅਦ ਇੱਕ 7 ਤੋਂ 8 ਵਾਰੀ ਇਹ ਹਮਲਾ ਕਰਦਾ ਹੈ, ਜਿਸ ਦੇ ਨਾਲ ਉਹ ਬੇਹੱਦ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀ ਹੈ ਅਤੇ ਉਹ ਨੌਜਵਾਨ ਜਿਹੜਾ ਹੈ ਉਹ ਮੌਕੇ ਤੋਂ ਪੈਦਲ ਹੀ ਫਰਾਰ ਹੋ ਜਾਂਦਾ ਹੈ, ਭੱਜ ਜਾਂਦਾ ਹੈ। ਅਤੇ ਸੀਸੀਟੀਵੀ ਜੋ ਤਸਵੀਰਾਂ ਨੇ ਬੇਹੱਦ ਹੈਰਾਨ ਕਰਨ ਵਾਲੀਆਂ ਸਾਹਮਣੇ ਆਈਆਂ ਨੇ। ਰਾਹਗੀਰਾਂ ਦੇ ਵੱਲੋਂ ਦੱਸ ਦਈਏ ਕਿ ਉਸ ਕੁੜੀ ਨੂੰ ਜਿਹੜਾ ਹੈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ, ਜਿੱਥੇ ਉਹਦੀ ਹਾਲਤ ਜਿਹੜੀ ਹੈ ਬੇਹੱਦ ਕ੍ਰਿਟੀਕਲ ਦੱਸੀ ਜਾ ਰਹੀ ਹੈ, ਸੀਰੀਅਸ ਦੱਸੀ ਜਾ ਰਹੀ ਹੈ। ਪਰ ਜੋ ਵੀ ਆ ਤਸਵੀਰੇ ਸਾਹਮਣੇ ਆਈਆਂ ਨੇ, ਵਾਰਦਾਤ ਸਾਹਮਣੇ ਆਈਆਂ ਨੇ, ਬੇਹੱਦ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀ ਵਾਰਦਾਤ ਹੈ। ਮੋਹਾਲੀ ਦੇ ਫੇਜ਼ 5 ਦੀਆਂ ਇਹ ਤਸਵੀਰਾਂ ਨੇ। ਸਵੇਰੇ ਦਾ ਟਾਈਮ ਹੈ, ਸਵੇਰੇ ਦੇ 8 ਵਜੇ ਦੇ ਕਰੀਬ ਦੀ ਇਹ ਵਾਰਦਾਤ ਹੈ। ਨੌਜਵਾਨ ਮੁੰਡੇ ਦੇ ਵੱਲੋਂ ਕੁੜੀ ਦੇ ਉੱਤੇ ਬੇਹੱਦ ਦਰਦਨਾਕ ਤਰੀਕੇ ਦੇ ਨਾਲ ਤਲਵਾਰ ਦੇ ਨਾਲ ਅਤੇ ਸਰ ਹਥਿਆਰ ਦੇ ਨਾਲ ਹਮਲਾ ਕੀਤਾ ਹੈ। ਕੁੜੀ ਦਾ ਤਾਂ ਪਤਾ ਨਹੀਂ ਲੱਗ ਸਕਿਆ ਕਿ ਕਿੱਥੋਂ ਦੀ ਰਹਿਣ ਵਾਲੀ ਹੈ, ਪਰ ਹਮਲਾ ਕਰਨ ਵਾਲਾ ਕੌਣ ਸੀ, ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਸਵੇਰੇ 8 ਵਜੇ ਦੇ ਕਰੀਬ ਬੱਸ ਦੇ ਵਿੱਚੋਂ 2 ਤੋਂ 3 ਕੁੜੀਆਂ ਉਤਰ ਕੇ ਇੰਡਸਟਰੀ ਪ੍ਰਾਈਵੇਟ ਜੌਬ 'ਤੇ ਜਾ ਰਹੀਆਂ ਸੀ ਅਤੇ ਇੱਕ ਦਰਖਤ ਦੇ ਹੇਠਾਂ ਇਹ ਨੌਜਵਾਨ ਜਿਹੜਾ ਹੈ ਘਾਤ ਲਗਾ ਕੇ ਬੈਠਾ ਸੀ। ਇਹਨੂੰ ਪਤਾ ਸੀ ਕਿ ਇੱਥੇ ਇੰਨੇ ਟਾਈਮ 'ਤੇ ਇਹ ਕੁੜੀਆਂ ਆਉਣਗੀਆਂ ਤਾਂ ਕਿਸ ਤਰੀਕੇ ਦੇ ਨਾਲ ਘਾਤ ਲਗਾ ਕੇ ਪਹਿਲਾਂ ਤੋਂ ਹੀ ਬੈਠਾ ਸੀ। ਅਤੇ ਜਦੋਂ ਇਹ ਕੁੜੀਆਂ ਆਉਂਦੀਆਂ ਨੇ ਤਾਂ ਇਸ ਵੱਲੋਂ ਆਪਣੇ ਬੈਗ ਦੇ ਵਿੱਚੋਂ ਹਥਿਆਰ ਕੱਢ ਕੇ ਤੇਜ਼ ਧਾਰ ਹਥਿਆਰ ਅਤੇ ਉਸ ਦੇ ਉੱਤੇ ਕੁੜੀ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ। ਹਮਲਾ ਵੀ ਇੱਕ ਵਾਰ ਨਹੀਂ, 7 ਤੋਂ 8 ਵਾਰੀ ਹਮਲਾ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਉਹ ਮੌਕੇ ਤੋਂ ਪੈਦਲ ਹੀ ਭੱਜ ਕੇ ਫਰਾਰ ਹੋ ਜਾਂਦਾ ਹੈ।